ਲੈ ਵੀ ਭਗਤੋ ਆ ਦੇ ਚੈਂਪੀਅਨਸ਼ਿਪ ਮੈਚ ਆ ਸੀ ਐਮ ਪੰਕ ਅਤੇ ਐਡਮ ਪੇਜ ਲੈ ਵੀ ਆ ਦੇ ਰਗੜਨ ਦਿਆ ਹੀ ਚੰਗਾ ਆ ਵੱਜੀ ਇੱਕ ਹੋਰ ਇਹਨੇ ਲਾ ਲਿਆ ਨੁਕਰੇ ਉਹ ਪਈ ਉਹ ਹੋਰ ਭਾਉ ਸੀ ਐਮ ਪੰਕ ਬੜੇ ਚਿਰ ਦਾ ਪਲੇਅਰ ਆ ਤੇ ਹੁਣ ਹੁਣ ਆਏ ਆ ਐਡਮ ਪੇਜ ਹੁਣੀ ਜਾ ਖੜ ਜਾ ਮੁੱਖ ਨੂੰ ਰਿਹਾ ਜਾਈ ਨਾ ਛੱਡ ਛੱਡ ਇੱਥੇ ਚੁੱਕ ਚੁੱਕ ਕੇ ਰਹੇ ਮਾਰਨ ਭਰਾਵਾ ਉਹ ਮਾਰਿਆ ਚੁੱਕ ਕੇ ਮਾਰੋ ਮੈਨੂੰ ਵਾਰ ਵੀ ਡੇ ਚੱਪੂ ਝਗੜਾ ਕਰ ਦਿੰਦਾ ਉਹ ਵੱਜੀ ਤਾਂ ਵੱਜਣੀ ਚਾਹੀਦੀ ਇਹਦੇ ਉਹ ਖੜਕਾਤਾ ਹੀ ਉਹ ਖੜਕਾਤਾ ਹੀ ਇਹ ਉਹ ਪਈ ਉਹ ਮਾਮਾ ਤੂੰ ਬੜਾ ਅੰਦਰ ਆਉਣਾ ਖਲੋਜਾ ਯਾਰ ਕੋਈ ਆ ਮਾਰਿਆ ਹੀ ਚੁੱਕੇ ਫਿਰ ਆ ਗਿਆ ਝੋਟਿਆਂ ਦੀਆਂ ਟੋਟਾਂ ਝੋਟੇ ਹੀ ਸਹਿੰਦੇ ਭਾਉ ਇਹ ਨਹੀਂ ਗੱਲ ਬਣਦੀ ਆਪਾਂ ਵਰਗੇ ਕਿੱਥੇ ਇਹਨਾਂ ਦੇ ਵਿੱਚ ਆ ਸਕਦੇ ਹਾਂ ਤੇ ਬਚਪਨ ਤੋਂ ਡੇ ਹੁੰਦੇ ਟ੍ਰੇਨਿੰਗ ਕਰਨ ਉਹ ਪਾ ਲਿਆ ਯਾਰ ਚੱਲ ਹਾਂ ਨੈਕ ਬ੍ਰੇਕਰ ਉਹ ਸੁੱਟ ਸੁੱਟਿਆ ਰੱਸੀ ਦੇ ਚੜ੍ਹ ਕੇ ਲੱਗਾ ਸੀ ਕਮਾਲ ਕਰ ਉਹ ਇੰਨੇ ਕਰਤਾ ਹੀ ਬਾਹਰ ਹੀ ਸੁੱਟ ਲਿਆ ਉਹ ਲੱਤ ਨੂੰ ਪਾ ਕੇ ਬਹਿ ਗਏ ਗੇੜਾ ਲੈ ਦਾ ਸਵਾ ਹੀ ਦੇਣਾ ਉਹਨੇ ਚੁੱਕ ਕੇ ਮਾਰੇ ਐਡਿੰਗ ਪੇਜ ਵੀ ਉਹਦੇ ਵਾਲੇ ਡਿਆ ਹੀ ਤਰੀਕੇ ਕਰਨ ਪਰ ਭਾਉ ਤਰੀਕਾ ਉਹਦਾ ਹੀ ਸਹੀ ਹੈ ਚੱਲ ਹਾਂ ਭਾਉ ਉਹ ਲੱਤ ਵੱਜੀ ਚੰਗਾ ਬੂਟ ਟਕਾਇਆ ਜੀ ਆ ਦੋਵੇਂ ਬਾਅਦ ਪਰਾਂ ਹੀ ਸੁੱਟ ਦਿੱਤਾ ਚੰਗਾ ਜੀ ਟੰਗ ਹੋ ਚੱਲੀ ਹੋਈ ਦੀ ਜਿੱਤ ਗਿਆ ਸੀ ਐਮ ਪੰਕ ਭਾਉ ਬਹੁਤ ਤਕੜਾ ਪਲੇਅਰ ਆ WWE ਦੇ ਵਿੱਚ ਇਹਨੇ ਉਹ ਵੀ ਜਿੱਤੇ